वाहगुरु जी। मैं ते अपने चाचू जी ते चाची जी ने नाल कपड़े लैन आया राजपुरे। प्रतीक दी पेंटा छोटी हो गई, प्रतीक दी हाइट वधी वड्डी होगी, हुण ताईं नवे लैण आए कपड़े, पुराने सब छोटे हो गए। एक बार ट्राई कर ले बेटा, ट्राई कर ले, बार बार नहीं सेट कर गई आटा गुन्ने जिहड़ा है इहदे च मूली पाई है जी आपां ने, हरा लसन, हरा लून मिर्च अपने टेस्ट अनुसार पाया जी, जिवें आपां खांदे हां। हुण दीदी उहनां वास्ते आलू वाले तां आपां बनांदे ही रहिंदे, मैं कहा आह चुचरे जे हो जाणगे नाले वधिया बण जाणगे हरे हरे। हुण मम्मी खाणगे जी, पहलां वीर जी उठे ने उहनां नूं लैणगे जी, फिर सारयां ने छक लेणी आ। लो जी दीदी इधर नाश्ते च परौंठे बना रहे ने, ते सारे नूं पहलां पुछिया वी तुसीं ने काहदे परौंठे खाने ने, गोभी दे खाने ने, इक आलूआं दे खाने ने, कहिंदे असीं तां सारा कुछ मिक्स खाणा है, विच मूली जो भी है कट के आटे च गुन्न लो वी, नाले ओह पोले हो जांदे ने ते नाले बनाउणे आसान ने ते गर्म गर्म बहुत टेस्टी लगदे ने। आंटी कहिंदे मैं तां चुल्हे च साडी अग्ग बुझ गई, कहिंदे मैं चुल्हे मूहरे निग्ग कोल निग्ग जे च बैठ के छक लैंदी हां, मैनूं इत्थे गर्म गर्म बना दो। बाहर चली गई सारी बुझ गई, कोई नहीं आया अंदर बैठे रहे ठंड के मारे। हां ਹੁਣ ਮੈਂ ਜੀ ਸਾਰੇ ਐਂ ਬਣਾ ਦੇਣੇ ਜੀ, ਸਾਰਿਆਂ ਨੇ ਗਰਮ ਗਰਮ ਛੱਪ ਲੈਣੇ ਜੀ ਗਰਮ ਗਰਮ, ਕਿਉਂਕਿ ਮੈਂ ਆਟਾ ਗੁੰਨ ਕੇ ਰੱਖਤਾ ਤਾ ਜੀ, ਵੀ ਜਦੋਂ ਹੀ ਲੱਗੂਗੀ ਜੀ ਉਦੋਂ ਖਾਣ ਲੱਗਣਗੇ, ਕਿਉਂਕਿ ਹੌਲੀ ਹੌਲੀ ਕੋਈ ਕੋਈ ਆਈ ਜਾਂਦੇ ਨੇ ਉੱਠ ਰਿਹਾ ਜੀ, ਉਹ ਆਪਣਾ ਬੁਰਸ਼ ਨਹਾ ਧੋ ਕੇ ਆਈ ਜਾ ਰਿਹਾ ਜੀ, ਸਾਰਿਆਂ ਨੇ ਛੱਪ ਲੈਣੀ ਆ ਜੀ ਗਰਮ ਗਰਮ। ਬਣਾਉਣੀ ਤਾਂ ਹੁੰਦੀ ਹੋਏ, ਹੁਣ ਇਕੱਠੀ ਬਣਾ ਦਾਂਗੇ ਤਾਂ ਵੀ ਉੱਨੀ ਖਿੱਚ ਆਉਂਦੀ ਹੈ, ਜੇ ਆਪਾਂ ਗਰਮ ਗਰਮ ਛਕਾ ਦਾਂਗੇ ਉਹ ਸਾਰਿਆਂ ਨੂੰ ਵਧੀਆ ਵੀ ਲੱਗਣਗੇ, ਸੋਹਣੇ ਵੀ ਲੱਗਦੇ ਹੈ। ਪਿਆਰ ਨਾਲ ਬਣਾਓ, ਉਹ ਤਾਂ ਇੱਕ ਐਂ ਹੋ ਜਾਂਦਾ ਪਾ ਜਾ ਵੱਢਿਆ ਗਿਆ, ਆਪਾਂ ਰੋਟੀ ਪਾਣੀ ਬਣਾ ਕੇ ਰੱਖਤਾ, ਹੁਣ ਨਾਲ ਦੀ ਨਾਲ ਬਣਾਉਣੀ ਤਾਂ ਹੈ ਉੱਨੀਆਂ ਹੀ ਬਣਨੀਆਂ, ਐਂ ਕਰਾਂਗੇ ਤਾਂ ਵੀ ਉੱਨੀਆਂ ਹੀ ਬਣਨਗੀਆਂ। ਕਿੰਨਾ ਟੇਸਟੀ ਆ ਰਿਹਾ, ਕਿੰਨਾ ਸੋਹਣਾ। ਹਾਂ ਮੈਂ ਦਹੀਂ ਵੀ ਜਿਹੜੀ ਆਪਾਂ ਤੁਹਾਨੂੰ ਰਾਤ ਦਿਖਾਈ ਸੀਗੀ ਜੀ, ਉਹ ਜਮਾ ਕੇ ਉਹ 'ਚੋਂ ਥਰਮਸ 'ਚੋਂ ਕੱਢ ਲਈ ਜੀ, ਕਿੰਨੀ ਸੋਹਣੀ ਜੰਮੀ ਹੈ, ਜਿਸ ਨੇ ਮੱਖਣੀ ਨਾਲ ਖਾਣੀ ਜੀ ਕੋਈ ਮੱਖਣੀ ਨਾਲ ਖਾਵੇ, ਕਰੀਮ ਅਸੀਂ ਦੁੱਧ ਵਾਲੀ ਵਾਲੇ ਦੁੱਧ ਦੀ ਰੱਖਦੇ ਹਾਂ ਜੀ, ਜਿਵੇਂ ਬੱਚਿਆਂ ਨੇ ਉਹ ਲੈਣੀ ਆ ਉਹ ਲੈਣਾ, ਨਾਲੇ ਗਰਮ ਗਰਮ ਟੇਸਟੀ ਲੱਗਦਾ, ਨਾਲੇ ਚਲੋ ਨਾਲ ਦੀ ਨਾਲ ਵੀ ਬੈਠੇ ਹੁੰਦੇ ਆ ਨਾ ਵੀ ਦਿੰਦੇ ਆ, ਪਰ ਇਹ ਬਹੁਤ ਚੰਗੀ ਗੱਲ ਹੈ ਜਿਹੜੇ ਨੇੜੇ ਬੈਠ ਕੇ ਨਾਲੇ ਅਗਲਾ ਗਰਮ ਬਣਾ ਦਿੰਦਾ। ਹੈਲੋ ਜੀ ਹੁਣ ਅਸੀਂ ਤਾਂ ਮੂੰਗਫਲੀ ਖਾ ਲਈ, ਮੈਂ ਔਰ ਦੀਦੀ ਨੇ, ਆਂਟੀ ਦਾ ਮੂੰਗਫਲੀ ਨੂੰ ਤਾਂ ਮਨ ਕਰ ਰਿਹਾ ਸੀ ਪਰ ਚੱਬੀ ਨਹੀਂ ਜਾਂਦੀ, ਫਿਰ ਦੀਦੀ ਕਹਿੰਦੇ ਮੈਂ ਦਾਣੇ ਕੱਢ ਕੇ ਦਿੰਦੀ ਹਾਂ ਤੁਸੀਂ ਕੁੱਟ ਲਓ। ਪਹਿਲਾਂ ਤਾਂ ਦੇਖੋ ਸਾਡਾ ਕੁੰਡੀ ਸੋਟਾ ਕਿੰਨਾ ਸੋਹਣਾ, ਜਿਹਦੇ ਵਿੱਚ ਅਸੀਂ ਲੌਂਗ ਇਲਾਇਚੀ ਅਦਰਕ ਵਗੈਰਾ ਕੁੱਟਦੇ ਹਾਂ ਚਾਹ 'ਚ ਪਾਉਣ ਨੂੰ, ਅਤੇ ਹੁਣ ਉਹ ਧੋ ਲਿਆਂਦਾ
ਤੇ ਚਲੋ ਸਾਨੂੰ ਤਾਂ ਐਂ ਸੀਗਾ ਵੀ ਸਾਨੂੰ ਇਹ ਵਧੀਆ ਲੱਗਦੀ ਹੈ ਮੂੰਗਫਲੀ ਜਦੋਂ ਕੱਢ ਕੇ ਖਾਂਦੇ ਹਾਂ, ਚਾਹੇ ਆਪਾਂ ਨੂੰ ਕੁੱਟ ਕੇ ਜਿਨ੍ਹਾਂ ਦੇ ਦੰਦ ਨਹੀਂ ਕੰਮ ਕਰਦੇ ਕੁੱਟ ਕੇ ਖਾਣੀ, ਉਹਨੂੰ ਟੇਸਟ ਤਾਂ ਆ ਜਾਂਦਾ। ਹਾਂ ਆਂਟੀ ਤਾਂ ਸੇਬ ਵੀ ਕੱਦੂਕਸ ਕਰ ਲੈਂਦੇ ਤੇ, ਹੈ ਨਾ, ਸੇਬ ਵੀ ਕੱਦੂਕਸ ਕਰ ਲੈਂਦੇ ਸੀ। ਦੇਖੋ ਕੁੱਟ ਕੇ ਬਿਲਕੁਲ ਉਹ ਹੋ ਗਈ, ਬਦਾਮਾਂ ਵਰਗੀ ਹੋ ਗਿਆ, ਦੇਖੋ ਬਰੀਕ ਹੋ ਜਾਂਦੀ। ਹਾਂ ਐਨ ਵਾਹਿਗੁਰੂ ਜੀ, ਕੱਪੜੇ ਤਾਂ ਰੋਜ਼ ਹੀ ਹੋਏ ਰਹਿੰਦੇ ਨੇ ਅਤੇ ਹੁਣ ਜਿਵੇਂ ਮੌਸਮ ਹਾਲੇ ਸਰਦੀ ਦਾ ਹੈ ਨਾ, ਉੱਪਰ ਹੀ ਸੁਕਾਉਣੇ ਪੈਂਦੇ ਨੇ, ਚੰਗੀ ਤਰ੍ਹਾਂ ਸੁੱਕ ਜਾਂਦੇ ਨੇ ਫਿਰ ਉੱਪਰ। ਟੋਕਰੀ ਚ ਲੈ ਕੇ ਆਈ ਸੀ, ਇਹਦੇ ਚ ਟੈਹਾਂ ਲਾ ਕੇ ਰੱਖ ਕੇ ਪਿੱਠਾਂ ਲੈ ਜਾਊਗੀ। ਠੀਕ ਹੈ ਜੀ, ਹਾਂ ਠੀਕ, ਹਾਂ ਠੀਕ ਹੈ, ਬਾਹਰ ਠੀਕ ਹੈ, ਨੀਚੇ ਹੈ ਨਾਲੇ ਇਹਦੇ ਲੈਂਟਰ ਦੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਵਾਹਿਗੁਰੂ ਜੀ, ਇਹ ਸ਼ਾਮ ਦਾ ਟਾਈਮ ਹੈ ਜੀ, ਆ ਸੂਰਜ ਜਮੀ ਛਿਪ ਗਿਆ ਜੀ। ਇੱਧਰ ਪ੍ਰਤੀਕ ਦੇ ਪਾਪਾ ਧਾਰ ਚੋ ਰਹੇ ਨੇ ਜੀ, ਇਸ ਤਾਰ ਤੇ ਚਾਂਦਨੀ। ਇੱਧਰ ਨੇੜੇ ਵਾਲੇ ਪਿੰਡ ਚ ਬਾਬਾ ਜੀ ਲਾਗੇ ਨੇ ਰਹਿਰਾ ਸਾਹਿਬ ਕਰਨ ਪਾਠ ਜੀ, ਆਪਣੇ ਗੁਰਦੁਆਰਾ ਸਾਹਿਬ ਲੱਗਣ ਵਾਲੇ ਨੇ ਜੀ ਗੁਰੂ ਘਰ ਤੋਂ, ਤੁਹਾਨੂੰ ਵੀ ਸੁਣਾਵਾਂਗੇ ਜੀ ਰਹਿਰਾ ਸਾਹਿਬ ਦਾ ਪਾਠ। ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਤਾਰ ਲੈ ਦੁੱਧ ਲਓ ਜੀ, ਰਹਿਰਾ ਸਾਹਿਬ ਦਾ ਪਾਠ ਹੋ ਰਿਹਾ। ਆਂਟੀ ਪੁੱਛ ਰਹੇ ਨੇ ਕਿਵੇਂ ਗੁਰਦੁਆਰਾ ਸਾਹਿਬ ਜਾਵਾਂ, ਫਿਰ ਆਂਟੀ ਕਹਿੰਦੇ ਨਵੀਂ ਵੀ ਨਾਲ ਮੱਥਾ ਟੇਕ ਕੇ ਆਊਗੀ। ਨਵੀਂ ਅਤੇ ਆਂਟੀ ਦੋ ਜਣੀਆਂ ਗੁਰਦੁਆਰਾ ਸਾਹਿਬ ਚੱਲੇ ਨੇ ਰਹਿਰਾ ਸਾਹਿਬ ਦਾ ਪਾਠ ਹੋ ਰਿਹਾ ਸ਼ਾਮ ਦਾ ਮੱਥਾ ਟੇਕਣ ਵਾਸਤੇ। ਤੂੰ ਆ ਜਾਂਦਾ ਰਹਿਣ ਦੇ, ਸਿਰ 'ਚੋਂ ਹੋ ਜੂਗਾ, ਹਵਾ ਵੱਢ ਜੂਗੀ। ਇੱਧਰ ਦੀਦੀ ਦੇਖਦੇ ਹਾਂ ਸ਼ਾਮ ਦਾ ਕੀ ਕਰ ਰਹੇ ਨੇ। ਆਪਾਂ ਦੂਜੀ ਮੱਝ ਦੀ ਧਾਰ ਕੱਢ ਲਿਆ ਜੀ, ਇੱਕ ਦੀ ਕੱਢ ਕੇ ਪੁਣ ਲਿਆ ਜੀ, ਆਪਾਂ ਨੇ ਆਹ ਵੀ ਪੁਣ ਲਾਂਗੇ। ਆਹ ਪੁਣ ਕੇ ਜੀ ਉੱਧਰ ਗੈਸ 'ਤੇ ਦੁੱਧ ਧਰ ਦਾਂਗੇ ਜੀ। ਇੱਧਰ ਅਸੀਂ ਦੁਪਹਿਰ ਆਲੂ ਗਾਜਰਾਂ ਦੀ ਸਬਜ਼ੀ ਬਣਾਈ ਸੀਗੀ ਜੀ। ਆ ਦੇਖੋ ਆਪਣੇ ਕੋਲ ਗਾਜਰਾਂ ਦੀ ਸਬਜ਼ੀ ਪਈ ਆ, ਦੁੱਧ ਨੂੰ ਉਬਾਲੀ ਆ ਜੂਗੀ। ਦੀਦੀ ਕਹਿੰਦੇ ਇੱਧਰ ਆਟਾ ਗੁੰਨ ਲਾਂਗੇ ਅਤੇ ਬਾਲਟੀ ਰੱਖ ਦਿੱਤੀ ਇੱਧਰ ਧੋਣ ਵਾਸਤੇ, ਸ਼ਾਮ ਨੂੰ ਸਾਰੇ ਕੰਮ ਇਕੱਠੇ ਹੋ ਜਾਂਦੇ ਨੇ। ਰੋਟੀ ਫੁਲਕਾ ਜਦੇ ਬਣਾ ਲਾਂਗੇ ਸਾਰਾ ਕੁਛ ਤਿਆਰ ਚਾਹੀਦਾ, ਫਿਰ ਕੰਮ ਕਰਨ ਨੂੰ ਤਾਂ ਕੀ ਟਾਈਮ ਲੱਗਦਾ ਹੈ ਨਾ। ਨਾਲੇ ਉਧਰੋਂ ਅੰਕਲ ਆ ਜਾਣਗੇ, ਇੰਨੇ ਨਵੀਂ ਉਰੀ ਮੱਥਾ ਟੇਕ ਕੇ ਆ ਜਾਣਗੇ ਆਂਟੀ ਉਰੀ, ਸਾਰੇ ਵਿਹਲੇ ਹੋ ਕੇ ਫਿਰ ਇਕੱਠੇ ਹੀ ਪ੍ਰਸ਼ਾਦਾ ਛਕ ਲੈਣਗੇ। ਬਣਦਾ ਬਣਦਾ ਪ੍ਰਸ਼ਾਦਾ ਛਕਣ ਨੂੰ ਤਾਂ ਕੀ ਟਾਈਮ ਲੱਗਦਾ ਹੈ ਨਾ। ਜੇ ਇੱਕ ਬੰਦਾ ਬਣਾ ਰਿਹਾ ਦੂਜਾ ਫੜਾ ਦੇਵੇ ਫਿਰ ਵੀ ਨਹੀਂ ਟਾਈਮ ਲੱਗਦਾ। ਇਹ ਤਾਂ ਹੈ, ਚਲੋ ਜੀ ਗੱਲਾਂ ਬਾਤਾਂ ਕਰਦੇ ਕਰਦੇ ਆਪਣਾ ਆਟਾ ਗੁੰਨਿਆ ਗਿਆ। ਬਸ ਇਹਨੂੰ ਦੀਦੀ ਨੇ ਆਟੇ ਨੂੰ ਪਹਿਲਾਂ ਤਾਂ ਗੁੰਨਿਆ ਵੀ ਆਪਾਂ ਟਕਿਆ ਕੇ ਰੱਖ ਦਾਂਗੇ, ਇਹਦੀ ਕਣੀ ਜੀ ਮਰ ਜਾਂਦੀ ਆ, ਹਾਂ ਫਿਰ ਉਹ ਮੁਲਾਇਮ ਹੋ ਜਾਂਦਾ। ਦੇਖੋ ਹਾਂ, ਨਾਲੇ ਫਿਰ ਇੱਕ ਮਿੰਟ 'ਚ ਸੈਲਫ 'ਤੇ ਦੇਖੀ ਭਚਾਲ ਪੈ ਜੂ। ਹਾਂਜੀ ਦੇਖੋ ਦੀਦੀ ਨੇ ਸੇਵੀਆਂ ਬਣਾ ਲਈਆਂ, ਦੁੱਧ ਸਬਜ਼ੀ
ਇੱਧਰ ਆਪਣਾ ਆਟਾ ਗੁੰਨਿਆ ਪਿਆ ਆਟਾ ਵਾਤਾ ਉਸ ਮਾਰ ਕੇ ਰੱਖ ਲਿਆ ਚਲੋ ਫੁਲਕਾ ਦੇਖੋ ਜਿਹੜਾ ਆਟਾ ਗੁੰਨਿਆ ਸੀਗਾ ਇਹਦੀ ਹੁਣ ਕਣੀ ਜੀ ਮਰ ਗਈ ਤੇ ਇੱਧਰ ਆਪਣੀਆਂ ਸੇਮੀਆਂ ਬਿਲਕੁਲ ਤਿਆਰ ਨੇ ਇਹ ਫਿਰ ਨਾ ਥੋੜਾ ਜਿਹਾ ਢੱਕਣ ਦੇ ਦਿੰਦੇ ਹੁੰਦੇ ਆ ਫਿਰ ਭਾਫ ਚੀਜ਼ ਬਣ ਜਾਂਦੀਆਂ ਹੁੰਦੀਆਂ ਨੇ ਹਾਂ ਵਿੱਚ ਮਿੱਠਾ ਮੁੱਠਾ ਪਾਤਾ ਹਾਂ ਸਾਰਾ ਕੁਝ ਪਾਤਾ ਹੋ ਗਈ ਐ ਤਾਂ ਹੋਰ ਕੀ ਪਾਇਆ ਲੌਂਗ ਇਲਾਇਚੀ ਛੋਟੀ ਇਲਾਇਚੀ ਲੌਂਗ ਪਾਤਾ ਅੱਛਾ ਮੈਂ ਕਿਹਾ ਲੌਂਗ ਗਰਮ ਹੋ ਜੂਗਾ ਇਲਾਇਚੀ ਥੋੜੀ ਜਿਹੀ ਗਰਮ ਆ ਜਾਂਦੀ ਹੋ ਜੂਗੀ ਥੋੜਾ ਮਿਕਸ ਹੋ ਕੇ ਹਾਂ ਇਹ ਛੋਟੀ ਇਲਾਇਚੀ ਸੋਹਣੀ ਲੱਗਦੀ ਹੈ ਬਾਈ ਨੂੰ ਹੀ ਹਾਂ ਪਾਤਾ ਵੱਡੀ ਵੀ ਲੰਦੇ ਮੈਂ ਕਿ ਛੋਟੀ ਪਾ ਦਿੰਦੇ ਬੱਚਿਆਂ ਨੂੰ ਸੋਹਣੀ ਲੱਗਦੀ ਹੈ ਚਲੋ ਠੀਕ ਹੈ ਸਾਰਾ ਕੁਝ ਤਿਆਰ ਹੈ ਹੁਣ ਪ੍ਰਸ਼ਾਦਾ ਪਾਣੀ ਲੈ ਕੇ ਚੱਲਦੇ ਆ ਆਪਾਂ ਜਦੋਂ ਤਿਆਰ ਹੋਏ ਫਿਰ ਤਾਂ ਕੀ ਲੱਗਦਾ ਤੁਸੀਂ ਪਹਿਲਾਂ ਅਦਵਿੰਦਰ ਨੂੰ ਫੜਾ ਦਿਓ ਨਾ ਮੈਂ ਨਾਲ ਦੇ ਨਾਲ ਫੁੱਲ ਲਾ ਦਿੰਦੀ ਹਾਂ ਪਹਿਲਾਂ ਅੰਕਲ ਨੂੰ ਫੜਾ ਦਿਓ ਹਾਂ ਫਿਰ ਡੈਡੀ ਦੀ ਪਾ ਦਿਓ ਸਾਰੇ ਲੈ ਜਾਵਾਂਗੇ ਡੈਡੀ ਦੀ ਬਸ ਉਤਾਰ ਦੇਣੀ ਸੇਵੀਆਂ ਪਾ ਦੂੰਗੀ